ਦਾ ਪੰਜਾਬ ਦੇ ਵਿੱਚ ਕਾਰੋਬਾਰ ਇੰਨਾ ਵੱਧ ਚੁੱਕਾ ਹੈ ਕਿ ਹਰ ਰੋਜ਼ ਜਿਹੜੀ ਹੈ ਕਿਲੋ ਦੇ ਹਿਸਾਬ ਨਾਲ ਚਿੱਟਾ ਪੰਜਾਬ ਦੇ ਵਿੱਚ ਫੜਿਆ ਜਾ ਰਿਹਾ ਹੈ। ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਲੁਧਿਆਣਾ ਦੀਆਂ ਹਨ। STF ਜਿਹੜੀ ਹੈ ਉਹ ਟੀਮ ਵੱਲੋਂ ਲੁਧਿਆਣੇ ਦੇ ਵਿੱਚ 1 ਕਿਲੋ 900 ਗ੍ਰਾਮ ਜਿਹੜਾ ਹੈ ਉਹ ਚਿੱਟਾ ਇੱਕ ਵਿਅਕਤੀ ਦੇ ਕੋਲੋਂ ਫੜਿਆ ਗਿਆ ਹੈ। ਤੁਹਾਨੂੰ STF ਲੁਧਿਆਣਾ ਰੇਂਜ ਦੀ ਟੀਮ ਕੱਲ੍ਹ ਨੇੜੇ ਐਵਰੈਸਟ ਸਕੂਲ ਏਰੀਆ ਥਾਣਾ ਮੋਤੀ ਨਗਰ ਹਾਜ਼ਰ ਸੀ, ਜਿੱਥੇ ਸਾਡੀ ਪੁਲਿਸ ਪਾਰਟੀ ਨੂੰ ਇੱਕ ਬਹੁਤ ਭਰੋਸੇਯੋਗ ਸੂਚਨਾ ਮਿਲੀ ਕਿ ਇੱਕ ਅਰਜਨ ਨਾਮ ਦਾ ਵਿਅਕਤੀ ਜੋ ਬਚਿੱਤਰ ਨਗਰ ਏਰੀਆ ਥਾਣਾ ਜਮਾਲਪੁਰ ਲੁਧਿਆਣਾ ਦਾ ਰਹਿਣ ਵਾਲਾ, ਜਿਸ ਦੇ ਥੋੜ੍ਹੀ ਦੇਰ ਬਾਅਦ ਵਰਧਮਾਨ ਸਾਈਡ ਤੋਂ ਆ ਕੇ ਮੋਤੀ ਨਗਰ ਬਾਜ਼ਾਰ ਵੱਲ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਜਾਣਾ, ਜੋ ਸੂਚਨਾ ਬੜੀ ਭਰੋਸੇਯੋਗ ਹੋਣ ਕਰਕੇ ਅਸੀਂ ਦੋਸ਼ੀ ਦੇ ਬਰਖਿਲਾਫ ਮੁਕੱਦਮਾ ਨੰਬਰ 50 ਅਧੀਨ ਧਾਰਾ NDPS ਐਕਟ ਥਾਣਾ STFA 4 ਮੋਹਾਲੀ ਦਰਜ ਕਰਾਇਆ ਅਤੇ ਸਟਰੋਂਗ ਨਾਕਾਬੰਦੀ ਕੀਤੀ। ਨਾਕਾਬੰਦੀ ਦੌਰਾਨ ਜਦੋਂ ਆਰੋਪੀ ਵਰਧਮਾਨ ਵੱਲੋਂ ਇੱਕ ਸਕੂਟਰ ਤੇ ਸਵਾਰ ਹੋ ਕੇ ਆਇਆ ਤਾਂ ਜਦੋਂ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਇਹਨੇ ਭਜਾਉਣ ਦੀ ਕੋਸ਼ਿਸ਼ ਕੀਤੀ। ਸਾਡੀ ਪੁਲਿਸ ਪਾਰਟੀ ਨੇ ਬੜੀ ਮਸਤੈਦੀ ਨਾਲ ਇਹਨੂੰ ਸਮੇਤ ਇਹਦੀ ਐਕਟਿਵਾ ਸਕੂਟਰੀ ਦੇ ਕਾਬੂ ਕਰਕੇ ਜਦੋਂ ਸਕੂਟਰੀ ਦੀ ਤਲਾਸ਼ੀ ਕੀਤੀ ਤਾਂ ਮਾਣਯੋਗ DSP ਸਾਹਿਬ ਜੀ ਦੀ ਹਦਾਇਤ ਤੇ ਜਦੋਂ ਸਾਡੇ ਪੁਲਿਸ ਪਾਰਟੀ ਨੇ ਇਸ ਦੀ ਤਲਾਸ਼ੀ ਕੀਤੀ ਤਾਂ ਡਿੱਗੀ ਦੇ ਵਿੱਚੋਂ 1 ਕਿਲੋ 900 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਨੂੰ ਉਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ। ਸਰ ਕੀ ਕਰਦਾ ਸੀ ਪਹਿਲਾਂ, ਕੰਮ ਕੀ ਕਰਦਾ ਸੀ ਤੂੰ ਹੁਣ ਕੀ? ਆਰੋਪੀ ਨੇ ਪੁੱਛਗਿੱਛ ਤੇ ਦੱਸਿਆ ਵੀ ਉਹ ਟਰਾਂਸਪੋਰਟ ਮੋਤੀ ਨਗਰ ਦੇ ਏਰੀਏ ਦੇ ਵਿੱਚ ਇੱਕ ਟੈਕਸੀ ਚਲਾਉਣ ਦਾ ਕੰਮ ਕਰਦਾ, ਗੱਡੀ ਦੀ ਡਰਾਈਵਰੀ ਕਰਦਾ। ਇਹ ਨਸ਼ਾ ਕਦੋਂ ਤੋਂ ਵੇਚਣ ਲੱਗ ਗਏ ਜੀ? ਇਹਨੇ ਕਰੀਬ 4-5 ਸਾਲ ਤੋਂ ਆਪ ਵੀ ਅਡਿਕਟ ਆ ਤੇ ਨਸ਼ੇ ਵਿੱਚ ਅਡਿਕਟ ਹੋਣ ਦੇ ਨਾਤੇ ਇਹਨੇ ਆਪਣਾ ਖਰਚਾ ਕੱਢਣ ਦੇ ਲਈ ਨਾਲ ਨਾਲ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਪਹਿਲਾਂ ਵੀ ਮਾਮਲੇ ਦਰਜ ਨਹੀਂ? ਪਹਿਲਾਂ ਇੱਕ ਕੇਸ ਦੇ ਬਰਖਿਲਾਫ ਥਾਣਾ ਹੈਬੋਆਲ ਵਿੱਚ ਚੋਰੀ ਦਾ ਮੁਕੱਦਮਾ ਦਰਜ ਹੈ। ਸਰ ਕਿੱਥੋਂ ਲਿਆਂਦਾ ਸੀ ਇੰਨੀ ਭਾਰੀ ਮਾਤਰਾ ਜੀ, ਤੇ ਕਿੱਥੇ ਵੇਚਦਾ ਸੀ? ਇਹਨੇ ਅਜੇ ਮੁੱਢਲੀ ਪੁੱਛਗਿੱਛ ਤੇ ਇਹ ਦੱਸਿਆ ਵੀ ਇਸ ਨੂੰ ਇੱਕ ਅੰਮ੍ਰਿਤਸਰ ਤੋਂ ਵਿਅਕਤੀ ਆ ਕੇ ਹੈਰੋਇਨ ਦੇ ਕੇ ਜਾਂਦਾ, ਜਿਸ ਦੇ ਪਾਸ ਇੱਕ ਇੰਟਰਨੈਸ਼ਨਲ ਨੰਬਰ ਚੱਲਦਾ।